ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ 'ਚੋਂ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8420709817। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸਿਓ ਆਪਣਾ। ਮੋਬਾਈਲ ਨੰਬਰ ਆਪਣਾ ਜੀ 8306399597। ਅੱਜ ਆਪਾਂ 6 ਵੜਾ ਦਿਖਾਵਾਂਗੇ, ਇੱਕ ਸੂਈ ਵਿੱਚ 5 ਗੱਭਣਾ। ਰੇਟ ਆਪਣੇ ਕਿੱਥੋਂ ਰਹਿਣਗੇ? 57 ਤੋਂ ਘੱਟ ਕੋਈ ਨੀ, 70 ਤੋਂ ਵੱਧ ਕੋਈ ਨੀ। ਪਹਿਲਾ ਨੰਬਰ ਜਿਹੜੀ ਵੈਟ ਦੇਖੀ ਜਾਂਦੇ, ਕਿਹੜਾ ਸੂਆ ਸੂਦੀ ਹੈ? ਕੈ ਦਿਨ ਲੈ ਜੂਗੀ? 4-5 ਦਿਨ ਬਾਕੀ। ਇਹ ਆਪਣੀ ਜਰਸੀ ਸਾਹੀਵਾਲ ਮਿਲ ਜਾਏਗਾ ਦੋ ਪੰਦਾ, ਹਨਾ? ਠੀਕ ਹੈ, 4-5 ਦਿਨ ਕੱਢਦੇ। ਦੁੱਧ ਕਿੰਨਾ ਕੁ ਪਾਦੂਗੀ? ਐਤਕੀ ਅੰਦਾਜ਼ਾ ਲਾ ਸਕੀ ਆਪਾਂ? ਠੀਕ ਹੈ, ਠੀਕ ਹੈ। ਥਣ ਗੁੱਲੇ ਵਾਲਾ ਥੋੜ੍ਹਾ ਹੱਥੀ ਜਵਾਈ ਵਾਲਾ, ਹਨਾ? ਠੀਕ ਹੈ, ਧੋਰਿਓ ਬਾਹਰ ਨੂੰ। ਸੋ ਵੀਰੋ ਕੱਦ ਕਾਰਡ ਵਗੈਰਾ ਬੈਠਦਾ ਦੇਖ ਸਕਦੇ ਹੋ, ਦੋ ਪੰਤਾ ਮੇਲ ਆ ਗਿਆ। ਕੱਦ ਕਾਰਡ ਬਹੁਤ ਆ, ਜਿੰਦ ਜਾਣ ਵਧੀਆ, ਮੂੰਹ ਮੱਥਾ ਫੇਸ ਕੁਆਲਿਟੀ ਚੰਗੀ ਹੈ ਅਤੇ ਚਾਰੇ ਥਾਂ ਨਿਖੜਵੇ ਸਾਫ਼ ਸੁਥਰੇ ਝੋਲੀ ਵਾਲੀ ਬੈਡ ਆ। ਅੰਦਾਜ਼ਾ ਲਾ ਕੇ ਚੱਲੀਏ 19-20 ਲੀਟਰ ਦੇ ਚੱਲਣ ਵਾਲੀ ਹੈਗੀ। ਠੀਕ ਹੈ, ਸੋ ਸਾਫ਼ ਸੁਥਰੀ ਆ, ਪਲੀ ਪੁਲੀ ਬਹੁਤ ਜ਼ਿਆਦਾ, ਬਾਕੀ ਥਣ ਸੋਹਣਾ ਕੱਢਣਾ, ਮੁੱਠੀਆਂ ਰਹਿਣੇ, ਥਣਾਂ 'ਚ ਵਿੱਥੀ ਬਹੁਤ ਜ਼ਿਆਦਾ ਚੰਗੀ ਆ, ਰਾਜੀ ਸਮੀ ਬਣੀ ਵੀ ਆ, ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ। ਅਤੇ ਇਹ ਆਪਾਂ ਦੇਖੀਏ 70,000 ਤੋਂ ਅੰਦਰ ਹੀ ਆਜੂ, ਹੈ ਨਾ? ਠੀਕ ਹੈ ਜੀ। ਸੋ ਹਵਾਨਾ ਇੱਕ ਵਾਰ ਫੇਰ ਦੇਖ ਸਕਦੇ ਨੇੜੇ ਤੋਂ, ਪੂਰਾ ਸੋਹਣਾ ਸਾਫ਼ ਸੁਥਰਾ, ਅੱਗੇ ਵਿੱਚ ਦਾ ਹਵਾਨਾ ਪੂਰਾ ਫਿੱਟ ਫਾਟ ਰੱਖਣਾ। ਅਤੇ ਦੂਜਾ ਸੂਆ ਸੂੰਦੀ ਆ, ਲਗਭਗ ਤਿਆਰੀ ਹੈ, 2-4 ਦਿਨ ਇਹਦੇ ਬਾਕੀ ਪਿਆ ਸੂ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਖੜੀ ਆ ਐਰ ਸੈਰ ਬੈਡ ਸੂਈ ਸਵਾਈ। ਇਹ ਬਾਈ ਜੀ ਸੂਆ ਕਿਹੜਾ ਸੂਈ ਵੀ ਆ? ਕੈ ਦਿਨ ਹੋ ਗਏ ਸੂਈ ਨੂੰ? ਬੱਚਾ ਕੀ ਆ ਗਿਆ? ਜੇਰ ਜੂ ਰੋਕੇ ਜੀ? ਠੀਕ ਹੈ, ਅਤੇ ਕਿੰਨਾ ਕੁ ਮੰਨ ਕੇ ਚਲੋ ਬੋਲਾ ਸਵੇਰੇ ਚੋਇਆ ਪਿਆ ਥੱਲੇ? ਠੀਕ ਹੈ, ਅੰਦਾਜ਼ਾ ਹੈ ਕਿੰਨਾ ਦੁੱਧ ਪਾ ਦੂਗੀ? 17-18 ਲੀਟਰ ਚੋਣ ਚਵਾ ਧਾਰਾ, ਇੱਕ ਨੰਬਰ ਆ। ਸੁਭਰੋ ਧਾਰਾਂ ਵਗੈਰਾ ਦੇਖੋ, ਸੋਹਣੀਆਂ ਸਾਫ਼ ਸੁਥਰੀਆਂ, ਮੋਟੀਆਂ ਧਾਰਾਂ ਹੈਗੀਆਂ, ਕੋਈ ਭੂਰ ਸਰ ਲਾਣੀ। ਅਤੇ ਬਾਕੀ ਵੀਰੇ ਨਿਆਣਾ ਪਾਉਣਾ ਪਾਈਏ, ਨਹੀਂ ਪਾਉਣਾ? ਠੀਕ ਹੈ, ਚੋਣ ਚਵਾ ਦੀ ਪੂਰੀ ਸਾਫ਼ ਸੁਥਰੀ, ਹੈ ਨਾ? ਧੋਰੀ ਬਾਹਰ ਨੂੰ। ਸੁਭਰੋ ਦੂਜੇ ਨੰਬਰ ਜਿਹੜੀ ਐਰ ਸ਼ੈਰ ਬੈਠ ਦੇਖੀ ਜਾਂਦੇ, ਸੂਈ ਸਵਾਈ ਆ, 18-17 ਲੀਟਰ ਦੁੱਧ ਦੀ ਐਵਰੇਜ ਪਾਉਣ ਵਾਲੀ ਹੈਗਾ, ਬੱਚਾ ਮੇਲ ਕਾਫਾ, ਤਾਜ਼ੀ ਸੂਈ ਵੀ ਆ। ਅਤੇ ਬਾਕੀ ਕੱਦ ਅਤੇ ਰੰਗ ਬੈਜ ਸ਼ਾਈਨਿੰਗ ਵਗੈਰਾ ਬੈਠ ਦੇ ਉੱਪਰ ਬਹੁਤ ਜ਼ਿਆਦਾ ਪਈ ਆ, ਪੂਰੀ ਸਾਫ਼ ਸੁਥਰੀ ਹੈ, ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ, ਜਿੰਦ ਜਾਨ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ। ਜੇਰ ਵਗੈਰਾ ਵੀਰੇ ਜਮ੍ਹਾਂ ਡਰਨਾ, ਹੈ ਨਾ? ਠੀਕ ਹੈ। ਸੋ ਲੇਵਾ ਵਗੈਰਾ ਦੇਖ ਸਕਦਾ, ਸੋਹਣਾ ਸਾਫ਼ ਸੁਥਰਾ ਅਤੇ ਫਿੱਟ ਫਾਟ ਲੇਵਾ, ਬਿਲਕੁਲ ਕੰਪੈਕਟ ਹਵਾਨਾ, ਸੂਈ ਸਵਾਈ ਆ, ਬੱਚਾ ਮੇਲ ਕਾਫਾ, ਜੇਰ ਵਗੈਰਾ ਧਾਰ ਵਗੈਰਾ ਦਾ ਕੰਮ ਡਰਨਾ। ਅਤੇ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ, ਜਿੰਦ ਜਾਨ ਬਹੁਤ ਆ ਵਿਹੜੇ ਦੇ ਵਿੱਚ। ਅਤੇ ਬਾਕੀ ਮੇਨ ਗੱਲ ਰਾਜੀ ਸਮੀ ਬੜੀ ਵੀ ਆ, ਅਤੇ ਬਾਕੀ ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ, ਸੋਹਣਾ ਸਾਫ਼ ਸੁਥਰਾ ਥਾਣਾ, ਗੁੱਲੇ ਵਾਲਾ ਸਾਫ਼ ਸੁਥਰਾ, ਹੱਥੀ ਚਵਾਈ ਵਾਲਾ ਥਾਣਾ। ਅੱਗੇ ਵੀਰੇ ਆਪਾਂ ਤੀਜੇ ਨੰਬਰ 'ਤੇ ਚੀਨੀ ਬੈਠ ਦੇਖੀਏ, ਰੇ ਕਿਹੜਾ ਸੁਆਸ ਹੁੰਦੀ ਆ? ਕੈ ਦਿਨ ਕੱਢਦੀ ਆ ਜੀ? 5-4 ਦਿਨ। ਠੀਕ ਹੈ, ਕਿੰਨਾ ਕੁ ਦੁੱਧ ਪਾ ਦੂਗੀ? 18-20 ਲੀਟਰ ਵਾਲੀ। ਅਤੇ ਠੰਡੀ ਸੀਲ ਵਾਧੂ ਆ? ਠੀਕ ਹੈ, ਕੱਚੀ ਕੱਚੀ ਆ ਕੱਲੀ, ਹੈ ਨਾ? ਧੋਰੀ ਬਾਹਰ ਨੂੰ। ਸੁਭਰੋ ਤੀਜੇ ਨੰਬਰ ਆਪਾਂ ਜਿਹੜੀ ਬੈਠ ਦੇਖੀ ਨਾ ਤੀਜੀ, ਅਤੇ ਕੱਦ ਘੱਟ ਦਿਨ ਮੈਂ ਪਰ ਸਾਫ਼ ਸੁਥਰੀ ਆ, ਥੱਲੇ ਡੂਬਣਾ ਮਖਿਆੜ ਹੀ ਆ ਜਮਾਂ। ਠੀਕ ਹੈ, ਰਾਜੀ ਸਮੀ ਬੜੀ ਵੀ, ਹੈ ਨਾ? ਠੀਕ ਹੈ, ਸੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ, ਚਾਰੇ ਥਾਂ ਨਿਖੜਵੇਂ ਸਾਫ਼ ਸੁਥਰੇ, ਵਿੱਥੀ ਅਤੇ ਜਿੰਦ ਜਾਣ ਵਾਲੀ ਰਾਜੀ ਸਮੀ ਬੜੀ ਵੀ, ਅਤੇ ਜਿੰਦ ਜਾਣ ਬਹੁਤ ਜ਼ਿਆਦਾ ਆ। ਅਤੇ ਐਵਰੇਜ ਮੰਨੀਏ ਦੁੱਧ ਕਿੰਨਾ ਕੁ ਪਾ ਦੂ ਵੀਰੇ? ਠੀਕ ਹੈ, ਮੰਨ ਕੇ ਚੱਲੀਏ ਵੀ 18 ਮੰਨ ਕੇ ਬੇਸ਼ੱਕ ਲੈ ਲਏ ਬੰਦਾ।
ਠੀਕ ਹੈ, ਕਰੋਸ ਪੈਂਦੇ ਦੁੱਧ ਫੈਟ ਵਾਲਾ ਪਾਊਗੀ। ਸੋ ਇਹ ਤੀਜੇ ਨੰਬਰ 'ਤੇ ਗੱਭਣ ਸੂਣ ਨੂੰ ਰੈਡੀ ਹੈ ਲਗਭਗ। ਅਤੇ ਅੱਗੇ ਵੀਰੇ ਚੌਥੇ ਨੰਬਰ ਜਿਹੜੀ ਵਿਆੜ ਆਪਾਂ ਦੇਖੀ ਜਾਂਦੇ, ਕਿਹੜਾ ਸੋਚ ਸਕਦੇ? ਕੌਫੀ ਕਲਰ 'ਚ ਆ ਗਈ, ਹੈ ਨਾ? ਕੈਦਾਂ ਲੈਂਦੀ ਹੈ? ਸੂਹਾ ਸੁਣਦੇ ਦੂਜਾ, ਸੂਹਾ ਦੂਜਾ ਸੁਣਦੀ ਹੈ। ਪਹਿਲੇ ਸੂਏ ਦੁੱਧ ਕਿੰਨਾ ਦੱਸਿਆ ਮਾਲਕ ਨੇ ਆਪਾਂ ਨੂੰ? ਧੋਰੀ ਬਾਹਰ ਨੂੰ। ਸੋ ਪਹਿਲੇ ਸੂਏ ਦੱਸਦਾ ਮਾਲਕ 18 ਲੀਟਰ ਜਰਸੀ ਹੈਗੀ, ਪਿਓਰ ਜਿੰਦ ਜਾਣ ਵਾਲੀ ਸਾਫ਼ ਸੁਥਰੀ। ਸੋ ਮੂੰਹ ਮੱਥਾ ਦੇਖੋ ਅਤੇ ਕੌਫੀ ਕਲਰ ਲਾ ਲਓ, ਕਾਲਾ ਰੰਗ ਲਾ ਲਓ, ਅਤੇ ਸੁਨੀਲ ਦੇ ਕੱਪੜੇ ਨੂੰ ਚੌਂਕਦੀ ਪਈ ਆ ਜਮਾਂ ਕਿਆ ਬਾਤਾਂ। ਥੱਲੇ ਵੀ ਡੂਮਣਾ ਖਿਆੜੀ ਹੈ, ਦੈਨ ਮੇਰੇ ਹਿਸਾਬ ਨਾਲ ਲੈ ਜੂ ਵੀਰੇ ਹਫ਼ਤਾ ਖੰਡਕ ਨਹੀਂ, ਠੀਕ ਹੈ? ਅਤੇ ਬਾਕੀ ਜਿਹੜਾ ਵੀਰ ਆ ਗਿਆ ਪਸੰਦ ਆਉਣ ਵਾਲੀ ਚੀਜ਼ ਹੈ ਜਮਾਂ, ਪੂਰੀ ਸਾਫ਼ ਸੁਥਰੀ ਰਾਜ਼ੀ ਆ, ਜਾਏਗਾ ਲੈ ਬਰੀਡ ਤਿਆਰ ਕਰ ਦੂਗਾ, ਠੀਕ ਹੈ? ਸੋ ਦੇਖੋ ਮੂੰਹ ਮੱਥਾ ਪਿਓਰ ਜਰਸੀ ਆ ਸਰ, ਪਿਓਰ ਹੈ ਪੰਜਾਬ ਵਾਲੀ, ਕੰਨ ਛੋਟਾ ਜੀ, ਜੈ ਜੈ ਗੱਲ। ਸੋ ਪੂਰੀ ਜਾਤ ਬਰੀਡ ਦੇ ਵਿੱਚ ਥੱਲੇ ਠੰਡੀ ਸੀਲ ਪੂਰੀ ਖੁੱਲ ਆਈ, ਦੇਖੋ ਠੰਡੀ ਜਿਵੇਂ ਮਰਜ਼ੀ ਆ, ਸਾਫ਼ ਆ ਜਮਾਂ, 100 ਦੀ 100 ਆਈ, ਕੱਚੀ ਕੱਚੀ ਹੈ ਗੱਲ, ਹੈ ਨਾ? ਬਸ ਕੱਚੀ ਹੈਗੀ, ਬਲੇ ਜਾ ਤੋੜ ਦੇ ਲੱਭ। ਸੋ ਚੌਥੇ ਨੰਬਰ ਆਪਾਂ ਜਿਹੜੀ ਜਰਸੀ ਦਿਖਾਈ ਜਾਂਦੇ ਹਾਂ, ਸੂਣ ਨੂੰ ਰੇੜੀ ਆ ਹਫ਼ਤਾ ਕੁ, ਦੂਜਾ ਸੂਆ ਲੇਵਾ ਪੁੱਤਾਂ ਦੀ ਬਹੁਤ ਲਾਊਗੀ, ਜਿੰਦ ਜਾਣ ਪੂਰੀ ਰਾਜ਼ੀ ਸਮੀ ਪੜੀ ਵੀ। ਅੱਗੇ ਵੀਰੇ ਪੰਜਵੇਂ ਨੰਬਰ ਜਿਹੜੀ ਆਪਾਂ ਵਿਆੜ ਦੇਖੀ ਜਾਂਦੇ ਇਹ ਵਾਲੀ, ਇਹ ਵੀ ਦੂਜਾ ਸੂਆ ਸੂਣ ਵਾਲੀ ਹੈ ਜੀ, ਕਿਹਦਾਂ ਲੈਂਦੀ ਹੈ? ਇਹ ਹਫ਼ਤਾ ਲੈਂਦੀ ਹੈ, ਕਰੋਸ ਆ ਗਈ ਥੋੜੀ, ਹੈ ਨਾ? ਹਾਂਜੀ, ਐਚਐਫ ਕਰੋਸ ਆਈ, ਦੁੱਧ ਐਵਰੇਜ ਮੰਨ ਕੇ ਚੱਲੀ ਜੀ, 17 ਲੀਟਰ ਦਿੱਤਾ ਜੀ ਪਿਛਲੇ ਸੂਏ, ਧੋਰੀ ਬਾਹਰ ਨੂੰ, ਅਤੇ ਹਫ਼ਤਾ ਸੂਣ 'ਚ ਬਾਕੀ, ਅਤੇ ਥਣ ਬਹੁਤ ਸੋਹਣਾ ਕੱਢੂ ਗੁੱਲੇ ਵਾਲਾ ਜਮਾਂ। ਸੋ ਥਣ ਦੇਖੋ ਜਮਾਂ ਕਿਆ ਬਾਤ ਆ, ਥਣ ਵਾਲੇ ਪਾਸੇ ਤਾਂ ਪੂਰੀ ਓਕੇ ਆ ਜਮਾਂ, ਖਬਰਦਾਰ ਆ ਜਮਾਂ, ਸਾਹ ਦੇਖ ਸਕਦੇ ਹੋ, ਸੋਹਣਾ ਥਣ ਆ, ਮੂਹਰਲੇ ਥਣ ਬਿਲਕੁਲ ਗੁਲਾਬੀ ਗੁਲਾਬੀ, ਬਿਲਕੁਲ ਮੱਝਾਂ ਨਾਲ ਕੰਪੇਅਰ ਹੋਣਾ ਦੁੱਧ ਦਾ, ਪੂਰੀ ਸਾਫ਼ ਸੁਥਰੀ ਰਾਜੀ ਸਣੀ ਵੀ ਬੜੀ ਵੀ ਹਫ਼ਤਾ ਕੁ ਬਾਕੀ ਆ, ਅਤੇ ਕੱਦ ਕੱਟ ਦੇਖੋ ਥਣ ਗੁੱਲੇ ਵਾਲਾ, ਅਤੇ ਕੰਪੈਕਟ ਹਵਾਨਾ ਬਿਲਕੁਲ ਇਹਦਾ, ਅਤੇ ਕੱਦ ਕੱਟ ਬਹੁਤ ਜ਼ਿਆਦਾ, ਕੋਈ ਵੀਰੀ ਛੋਟੀ ਮੰਨ ਕੇ ਨਾ ਆਵੇ, ਚੰਗੀ ਜਿੰਦ ਜਾਣ ਪਰਾਣ ਵਾਲੀ ਆ। ਸੋ ਦੇਖੋ ਮੂੰਹ ਮੱਥਾ ਪੂਰੀ ਸਾਫ਼ ਸੁਥਰੀ ਸਮੀ ਬੜੀ, ਠੀਕ ਹੈ? ਠੀਕ ਹੈ। ਸੋ ਲੇਵਾ ਵਗੈਰਾ ਦੇਖ ਸਕਦੇ ਹੋ, ਸੋਹਣਾ ਸਾਫ਼ ਸੁਥਰਾ, ਅਤੇ ਗੁੱਲੇ ਵਾਲਾ ਥਾਣਾ, ਬਾਕੀ ਮੇਨ ਗੱਲ ਜਿਹੜਾ ਟਾਈਪ ਦਾ ਥਣ ਲੱਗਿਆ, ਸਿਰਫ 3 ਤੋਂ 4 ਮਿੰਟ ਚਵਾਈ ਹੋਣ ਵਾਲਾ ਥਣ ਲੱਗਿਆ ਵੇ, ਠੀਕ, ਠੰਡੀ ਸੀ ਲੋਕ ਕੇ, ਹੈ ਨਾ? ਅਤੇ ਵੀਰੇ ਛੇਵੇਂ ਨੰਬਰ ਜਿਹੜੀ ਬੈਠ ਦੇਖੀ ਨੇ ਆਪਾਂ, ਠੀਕ ਹੈ, ਥਣ ਗੁਲਾਬੀ ਹੈ ਜਮਾਂ, ਹੈ ਨਾ? ਕੈ ਦਿਨ ਕੱਢਦੀ ਪਈ ਹੈ, ਧੋਰੀ ਬਾਹਰ ਨੇ, ਛੇਵੇਂ ਨੰਬਰ ਦੇਖ, ਥੋੜ੍ਹੀ ਜਰਸੀ ਅਤੇ ਐਰ ਸੈਰ ਵਾਲੇ ਅੰਗ ਜੇ ਜਾ ਗਈ, ਹੈ ਨਾ? ਠੀਕ ਹੈ, ਐਵਰੇਜ ਜੀ ਦੁੱਧ ਇਹਦੀ, ਠੀਕ ਹੈ, ਥਣ ਫਿਰ ਮੰਨ ਕੇ ਚੱਲੇ ਸਾਰਾ ਆਪਾਂ ਮੁੱਠੇ ਵਾਲੇ ਲੈਂਦੇ ਹਾਂ, ਠੀਕ ਹੈ? ਸੋ ਕਰੋਸ ਬੈਠਾ ਜਿਵੇਂ, ਸੋ ਜੈ ਗੱਲ, ਬਿਲਕੁਲ ਪਿੰਕ ਪਿੰਕ ਥਾਣ ਹੈਗੇ, ਰਾਜੀ ਸਮੀ ਪਲੀ ਵੀ, ਦੂਜਾ ਦੂਜਾ ਸੂਹਾ ਸਾਰੇ ਬੜਾ ਵਿੱਚ ਕੋਲ ਸੁਣਦੀਆਂ ਪਈਆਂ, ਕੱਦ ਕੱਟ ਬਹੁਤ ਆ, ਅਤੇ ਬਿਊਟੀ ਵਗੈਰਾ ਬੈਠ ਜਾਂਦੀ ਹੈ, ਕਰੋਸ ਪੈਂਦੀ ਆ, ਦੁੱਧ ਜਿੰਨਾ ਦਊਗੀ ਫੈਟ ਵਾਲਾ ਦਊਗੀ ਜਮਾਂ, ਚਾਹੇ ਜੇ 16 ਚਾਹੇ ਜੇ 20 ਆਪਣੀ ਕੇਅਰ 'ਤੇ ਡਿਪੈਂਡ ਆ ਕੇ ਚੱਲੇ। ਸੋ ਦੇਖੋ ਪੂਰੀ ਸਾਫ਼ ਸੁਥਰੀ ਰਾਜੀ ਸਮੀ ਪਲੀ ਥਣ ਗੁਲਾਬੀ, ਪੰਜ ਦਿਖ ਬਹਿੜਾ ਦਿਖਾ ਦੀਆਂ ਆਪਾਂ ਗੱਭਣਾ, ਇੱਕ ਦਿਖਾ ਦੀ ਛੇਵੀਂ ਸੂਈ ਵੀ ਐਰ ਸੈਰ ਦੇ ਵਿੱਚ, ਪਿੰਡ ਕੱਟੂ ਬਾਲੀਆਂ ਜਿਹਨੂੰ ਕਹਿੰਦੇ, ਜ਼ਿਲ੍ਹਾ ਸੰਗਰੂਰ ਦਾ ਪਿੰਡ ਧਨੌਲੇ ਨਜ਼ਦੀਕ ਆ ਗਿਆ, 86 600 3 29 5 97, ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ